ਮੋਬਾਈਲ ਲੱਗਿਆ ਸੀ, ਵੀਡੀਓ ਚੱਲ ਰਹੀ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਚਨ ਦੀ ਲਾਈਟ ਬੰਦ ਕੀਤੀ ਅਤੇ ਅਸ਼ਲੀਲ ਹਰਕਤਾਂ ਕਰਦੇ ਪਏ ਸੀ ਵੀਡੀਓ ਦੇ ਵਿੱਚ। ਸਾਡੇ ਕੋਲ 25 ਮਿੰਟ ਦੀ ਕਲਿੱਪ ਆ। ਹਰਕਤਾਂ ਦੇਖ ਦਿੱਤੀ ਆ ਤੇ ਉਹ ਕਹਿਣ ਲੱਗੀ ਨੀ, ਜਿਹੜੇ ਵੱਡੇ ਬਾਬ ਹੁੰਦੇ ਨੇ ਨਾ ਬਾਹਰਲੇ ਮੁਲਕ ਤੇ ਉਹ ਏਦਾਂ ਕਰਦੇ ਆ। ਹਰਵਿੰਦਰ ਸਿੰਘ ਢਿੱਲੋਂ, ਮੇਰੇ ਪਿੱਛੇ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਸੈਕਟਰ 32 ਦੀਆਂ ਨੇ, ਚੰਡੀਗੜ੍ਹ ਰੋਡ ਤੇ। ਇੱਕ ਆਰੋਪ ਲੱਗ ਰਹੇ ਨੇ ਇੱਕ ਪਤਨੀ ਦੇ ਉੱਪਰ ਕਿ ਉਸਨੇ ਜਿਹੜਾ ਕੋਈ NRI ਬਾਹਰੋਂ ਵਿਅਕਤੀ ਆਇਆ ਉਸ ਦੇ ਨਾਲ ਜਿਹੜੇ ਉਹਨੇ ਹੁਣ ਸੰਬੰਧ ਬਣਾ ਲਏ ਨੇ, ਆਪਣਾ ਘਰ ਵਾਲਾ ਉਸ ਔਰਤ ਨੇ ਜਿਹੜਾ ਛੱਡ ਦਿੱਤਾ ਤੇ ਉਸ ਔਰਤ ਦੇ ਜਿਹੜਾ ਪਤੀ ਹੈ ਅਸ਼ੋਕ ਕੁਮਾਰ ਉਹ ਮੇਰੇ ਨਾਲ ਆ। ਅਸ਼ੋਕ ਜੀ, ਕੀ ਆ ਸਾਰਾ ਮਾਮਲਾ? ਮਾਮਲਾ ਅਸੀਂ ਕੰਮ ਕਰਦੇ ਮੀਆਂ ਵੀ ਦੋਨੋਂ ਇੱਥੇ ਕੋਠੀ ਦੇ। ਅੱਛਾ, ਠੀਕ ਹੈ। 10 ਸਾਲ ਹੋ ਗਏ ਜੀ। ਅੱਛਾ, ਠੀਕ ਹੈ ਜੀ। ਮਤਲਬ ਮੇਰਾ ਕੰਮ ਹੈ ਅੰਦਰ ਬਾਹਰ ਵਾਸਤੇ ਜੀ, ਮਾਲ 24 ਘੰਟੇ ਮਾਲਕਾ ਕੋਲ ਰਹਿਣਾ। ਠੀਕ ਹੈ। ਪਲਾਟ ਦੇ ਧਰਨਾ ਕਿਉਂ ਲਾਉਣਾ ਪੈ ਰਿਹਾ? ਧਰਨਾ ਏਦਾਂ ਹੀ ਮੇਰੀ ਵਾਈਫ ਨੇ ਰੱਖੀ ਹੋਈ ਹੈ ਜੀ, ਮੇਰੇ ਘਰੋਂ ਕੱਢਤਾ ਇਹਨਾਂ ਨੇ। ਕਿਹਨੇ ਰੱਖ ਲਈ ਤੁਹਾਡੀ ਵਾਈਫ? ਮਾਲਕ ਨੇ ਜੀ, ਜਿਹੜਾ ਕੋਠੀ ਦਾ ਮਾਲਕ ਹੈ। ਕੋਠੀਆਂ ਮਾਰਿਆ, ਮੈਂ ਥਪੇੜੇ ਵੀ ਮਾਰੇ ਮੂੰਹ ਤੇ, ਹੱਥਾਂ ਪਾਈ ਵੀ ਕੀਤੀਆਂ ਮੇਰੇ ਨਾਲ। ਤੇ ਤੁਸੀਂ ਪੁਲਿਸ ਦੇ ਕੋਲ ਰਿਪੋਰਟ ਨਹੀਂ ਲਿਖਾਈ? ਲਿਖਾਈ ਆ, ਰਿਪੋਰਟ ਲਿਖਾਈ। ਮੈਨੂੰ ਇਹ ਧਮਕੀ ਦੇ ਰਹੀ ਮਾਲਕ ਜੀ, ਮਾਰਾਂਗੀ ਤੇ ਤੇਰੀ ਗੋਲੀ ਮਾਰ ਦਾਂਗਾ ਤੇ ਗਲ ਅੱਗੇ ਪਹੁੰਚਾਏ ਸਾਡੀ। ਅੱਛਾ, ਤੁਸੀਂ 10 ਸਾਲ ਤੋਂ ਕੰਮ ਕਰ ਰਹੇ? ਹਾਂ, 10 ਸਾਲ ਤੋਂ ਕੰਮ ਕਰੀ ਮੇਰੀ ਵਾਈਫ ਤੇ ਮੈਂ ਦੋਨੋਂ ਹੀ। ਇਹ ਜਿਹੜਾ ਵਿਅਕਤੀ ਹੈ NRI ਹੈ? NRI ਹੈ, ਅਮਰੀਕਾ ਤੋਂ। ਓਕੇ, ਇਹ ਕਦੋਂ ਆਇਆ ਇੱਥੇ? ਇਹ ਮਿਸਟਰ ਮੰਡਿਆ 2 ਤਾਰੀਖ ਨੂੰ। ਤੇ ਤੁਹਾਡੀ ਪਤਨੀ ਹੁਣ ਤੁਹਾਡਾ ਸਾਥ ਬਿਲਕੁਲ ਨਹੀਂ ਦੇ ਰਹੀ? ਨਹੀਂ ਦੇ ਰਹੀ, ਮੈਂ ਸਮਝਾਇਆ ਵੀ ਘਰ ਆਏ, ਬਹੁਤ ਸਮਝਾਇਆ, ਏਦਾਂ ਕੰਮ ਜੇ ਕੋਈ ਨਹੀਂ ਰੱਖਿਆ ਤੂੰ ਘਰੇ ਚੱਲ, ਸਵੇਰੇ ਵਾਪਸ ਆਇਆ ਕੋਈ ਗੱਲ। ਬੱਚੇ ਵੀ ਹੈ ਤੁਹਾਡੇ? ਹਾਂਜੀ, ਇੱਕ ਮੁੰਡਾ ਜੀ। ਕਿੰਨੇ ਉਮਰ ਉਹਦੀ? 14 ਸਾਲ ਹੈ ਜੀ। ਪਤਨੀ ਦਾ ਕੀ ਨਾਮ ਹੈ? ਪੂਨਮ ਜੀ। ਪੂਨਮ, ਤਾਂ ਤੁਸੀਂ ਜਿਹੜਾ ਮਾਮਲਾ ਦੇਖਿਆ ਕਿ ਆਰੋਪ ਲੱਗ ਰਹੇ ਨੇ ਕਿਉਂਕਿ NRI ਵਿਅਕਤੀ ਹੈ ਜੋ ਅਮੈਰੀਕਾ ਤੋਂ ਰਿਟਰਨ ਵਾਪਸ ਆਇਆ ਇੰਡੀਆ, ਤੇ ਇਸ ਵਿਅਕਤੀ ਦੀ ਜਿਹੜੀ ਪਤਨੀ ਹੈ ਉਸ ਦੇ ਨਾਲ ਉਸਨੇ ਜਿਹੜਾ ਹੁਣ ਸੰਬੰਧ ਉਸਦੇ ਜਿਹੜੇ ਬਣ ਗਏ ਆ ਆਪਸ ਦੇ ਵਿੱਚ, ਤਾਂ ਉਸਦੇ ਜਿਹੜੇ ਰਿਸ਼ਤੇਦਾਰ ਵਗੈਰਾ ਨੇ ਸਾਰੇ ਆਏ ਨੇ। ਹਾਂਜੀ, ਅਸ਼ੋਕ ਦੇ ਮਾਤਾ ਜੀ? ਹਾਂਜੀ। ਤੁਹਾਡੀ ਨੂੰਹ ਹੈ? ਹਾਂਜੀ, ਨੂੰਹ ਹੈਗੀ। ਕੀ ਆ ਸਾਰਾ ਮਾਮਲਾ? ਹੁਣ ਕੱਲਾ ਬਾਉ ਆਇਆ ਹੋਇਆ ਤੇ ਹੁਣ ਏਦਾਂ, ਫਿਰ ਮੇਰਾ ਮੁੰਡਾ ਵੀ ਨਾਲ ਰਹਿੰਦਾ ਬੋਟੀ ਦੇ ਨਾਲ, ਵੀ ਉਹ ਲੈ ਕੇ ਆ ਸਮਾਨ, ਫਲਾਣੀ ਚੀਜ਼ ਲਿਆ, ਢਿਮਕੀ ਲਿਆ। ਫਿਰ ਕਿਸ ਤਰ੍ਹਾਂ ਲੱਗਾ ਸਾਰਾ? ਇਹਨੂੰ ਪਤਾ ਲੱਗਾ, ਇੱਕ ਦੋ ਵਾਰੀ ਬਾਉ ਦੀ ਹਰਕਤਾਂ ਦੇਖ ਦਿੱਤੀ ਆ ਤੇ ਉਹ ਕਹਿਣ ਲੱਗੀ ਨੀ, ਜਿਹੜੇ ਵੱਡੇ ਬਾਉ ਹੁੰਦੇ ਨੇ ਨਾ ਬਾਹਰਲੇ ਮੁਲਕ ਤੇ ਉਹ ਏਦਾਂ ਕਰਦੇ ਆ। ਫਿਰ ਮੁੰਡੇ ਨੂੰ ਸੋਚਿਆ ਚੱਲ ਕੋਈ ਗੱਲ ਨੀ, ਫਿਰ ਬਾਅਦ ਚ ਉਹਨੇ ਜਦੋਂ ਮੁੰਡੇ ਨੂੰ ਫਿਰ ਇਹਨੂੰ ਵੀਡੀਓ ਬਣਾਉਣੀ ਚਾਲੂ ਕਰ ਦਿੱਤੀ। ਹੁਣ 3 ਚੋ ਵੀਡੀਓ ਬਣਾਈ ਹੈਗੀ, 3-4, ਬਾਕੀ ਜਿਵੇਂ 4th-5th ਬਣਾਉਣ ਲੱਗਿਆ ਤੇ ਉਹ ਮੁੰਡਾ ਫੜ ਲਿੱਤਾ ਮੇਰਾ।
ਅੱਛਾ ਹਾਂ ਕਹਿੰਦੀ ਲੈ ਤਾਂ ਵੀਡੀਓ ਬਣਾ ਰਿਹਾ ਹੈਗਾ ਆਪਣੀ ਅਸ਼ੋਕ ਤੇ ਉਸੇ ਦਿਨ ਫਿਰ ਮੁੰਡੇ ਦੇ ਮੇਰੇ ਤੇ ਮਾਰਿਆ ਮਾਰ ਕੁਟਾਈ ਕੀਤੀ ਤੇ ਕਹਿੰਦਾ ਸੀ ਮੈਂ ਨਾ ਵੀ ਮੈਂ ਤੇਰੇ ਗੋਲੀ ਮਰਵਾ ਦੇਣੀ ਆ ਮੈਂ ਪੈਸੇ ਵਾਲਾ ਕਹਿੰਦਾ ਵੀਡੀਓ ਹੈਗੀ ਹਾਂਜੀ ਸਾਡੇ ਕੋਲ ਆ ਸਾਰੇ ਪ੍ਰੂਫ ਹੈਗੇ ਵੀਡੀਓ ਸਾਨੂੰ ਦਿਖਾ ਦੇ ਸਕਦੇ ਹੋ ਤੁਸੀਂ ਹਾਂ ਦਿਖਾ ਦਾਂਗੇ ਆਂ ਤੇ ਮੁੰਡੇ ਨੂੰ ਹੋਇਆ ਤੇ ਇਸ ਟਾਈਮ ਕਿੱਥੇ ਹੈ ਉਹ ਵਿਅਕਤੀ ਉਹ ਇੱਥੇ ਹੀ ਆ ਬਹੂ ਵੀ ਇੱਥੇ ਹੀ ਆ ਪੋਤਾ ਹੀ ਮੇਰਾ ਇੱਥੇ ਮੇਰਾ 14 ਸਾਲ ਦਾ ਪੋਤਾ ਹੈਗਾ ਉਹ ਸਾਰੇ ਅੰਦਰ ਹੀ ਨੇ ਅੰਦਰ ਹੀ ਨੇ ਫਿਰ ਮੈਂ ਜਦੋਂ ਮੁੰਡਾ ਮੇਰਾ ਇਹਨਾਂ ਨੂੰ ਕੁੱਟ ਕੇ ਕੱਢਿਆ ਨਾ ਫਿਰ ਮੈਂ ਉੱਥੇ ਫੋਨ ਕੀਤਾ ਬਾ ਉਹਨੂੰ ਗੱਲ ਨਹੀਂ ਕੀਤੀ ਬਹੂ ਨੂੰ ਬਾਊ ਕੀ ਕਹਿੰਦਾ ਉਹਨੂੰ ਨਹੀਂ ਰਹਿਣਾ ਹੈਗਾ ਤਲਾਕ ਲਊਗੀ ਸਾਡੀ ਕੁੜੀ ਹੈਗੀ ਤੁਸੀਂ 14 ਸਾਲ ਹੋ ਗਏ ਮਾਰ ਕੁਟਾਈ ਕਰਦੇ ਇੱਦਾਂ ਕਰਦੇ ਹੈਗੇ ਬਹੂ ਨੂੰ ਹਾਂ ਆ ਪਿਓ ਹੈਗਾ ਇਹਦਾ ਸੋਕ ਦਾ ਠੀਕ ਹੈ ਜੀ ਹਾਂਜੀ ਕੀ ਨਾਮ ਖੜੇ ਹੋ ਜੀ ਕੀ ਨਾਮ ਤੁਹਾਡਾ ਧਰਮਪਾਲ ਜੀ ਧਰਮਪਾਲ ਜੀ ਕਿਸ ਤਰ੍ਹਾਂ ਇਹ ਸਾਰਾ ਮਾਮਲਾ ਕੀ ਦੇਖ ਰਹੇ ਹੋ ਕੀ ਹੋਇਆ ਇਹ ਸਾਰੀ ਗੱਲਬਾਤ ਦੱਸੋ ਜੀ ਹਾਂਜੀ ਇਹ ਬਾਹਰੋਂ ਆਏ ਨਾ ਬਾਹਰੋਂ ਆਏ ਤੇ ਬਹੂ ਤੇ ਮੁੰਡਾ ਨਾਲ ਇੱਥੇ ਕਰ ਰਹੇ ਸੀ ਕੰਮ ਜੀ ਤੇ ਹਾਂਜੀ ਤੇ ਮੁੰਡੇ ਨੂੰ ਭੇਜ ਦੇਣਾ ਸਮਾਨ ਲੈਣ ਸੀੜੇ ਪਿੰਡ ਜਾ ਉੱਥੇ ਜਾ ਠੀਕ ਹੈ ਆਪ ਇੱਥੇ ਦੋਨਾਂ ਨੇ ਰਹਿਣਾ ਤੇ ਇੱਕ ਮੁੰਡੇ ਨੇ ਗਲਤ ਹਰਕਤਾਂ ਕਰਦੇ ਦੇਖ ਲਿਆ ਆ ਹੈਂ ਤੇ ਫਿਰ ਉਹਨੇ ਕਿਹਾ ਭਾਈ ਤੂੰ ਇਹ ਕੰਮ ਗਲਤ ਕਰ ਰਹੀ ਆ ਫਿਰ ਮੁੰਡੇ ਤੇ ਹੈਵੀ ਹੋ ਗਏ ਤੇ ਇਸ ਵਿਅਕਤੀ ਦੇ ਪਰਿਵਾਰ ਤੱਕ ਨਹੀਂ ਗੱਲ ਪਹੁੰਚਾਈ ਪਹੁੰਚਾਈ ਹੈ ਜੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਵੀਡੀਓ ਵੀ ਦਿਖਾਈ ਪੁਲਿਸ ਨੇ ਕੋਈ ਸੁਣਵਾਈ ਨੀ ਕੀਤੀ ਜੀ ਧਰਨਾ ਕਦੋਂ ਤੱਕ ਲਗਾਇਆ ਜਾਏਗਾ ਹਾਂਜੀ ਕਦੋਂ ਤੱਕ ਧਰਨਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਰ ਜਦੋਂ ਤੱਕ ਨਹੀਂ ਮਿਲੂਗਾ ਅਸੀਂ ਇੱਥੇ ਹੀ ਬੈਠੇ ਰਵਾਂਗੇ ਮੇਰਾ ਪੋਤਾ ਹੈਗਾ 14 ਸਾਲ ਦਾ ਹੈ ਜੀ ਤੇ ਫਿਰ ਮੁੰਡੇ ਦੇ ਚਾਟੇ ਚੂਟੇ ਮਾਰੇ ਜਦੋਂ ਗਲਤ ਹਰਕਤਾਂ ਦੇਖੀਆਂ ਤੇ ਫਿਰ ਇਹਨੂੰ ਭਜਾਤਾ ਠੀਕ ਹੈ ਹਾਂ ਕਹਿੰਦਾ ਜ਼ਿਆਦਾ ਬੋਲੇਗਾ ਫਿਰ ਤੈਨੂੰ ਮੈਂ ਮਾਰ ਦੇਣਾ ਗੋਲੀ ਤੋਂ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਜਿਹੜੇ ਉਹ ਮੈਂਬਰ ਮੌਜੂਦ ਨੇ ਉਹਨਾਂ ਦੇ ਰਿਸ਼ਤੇਦਾਰ ਬੈਠੇ ਨੇ ਪੁਲਿਸ ਦੇ ਉੱਪਰ ਵੀ ਜਿਹੜਾ ਸਵਾਲ ਖੜੇ ਕੀਤੇ ਨੇ ਕਿ ਪੁਲਿਸ ਵੱਲੋਂ ਵੀ ਜਿਹੜੀ ਆ ਕੋਈ ਕਾਰਵਾਈ ਨਹੀਂ ਹਲੇ ਤੱਕ ਕੀਤੀ ਜਾ ਰਹੀ ਮਾਮਲਾ ਜਿਹੜਾ ਹੈਗਾ 32 ਸੈਕਟਰ ਦਾ ਚੰਡੀਗੜ੍ਹ ਰੋਡ ਦਾ ਤਾਂ ਅਸ਼ੋਕ ਜੀ ਕਨੀਓ ਉਸ ਪਵਨ ਕੁਮਾਰ ਵਿਅਕਤੀ ਜਿਸ ਦੇ ਉੱਪਰ ਇਹ ਆਰੋਪ ਨੇ ਕਿ ਜਿਸਨੇ ਇਹਨਾਂ ਦੀ ਪਤਨੀ ਦੇ ਨਾਲ ਗਲਤ ਰਿਲੇਸ਼ਨ ਬਣਾਏ ਨੇ ਉਹਨਾਂ ਦਾ ਨੰਬਰ ਦਿੱਤਾ ਕਿਉਂਕਿ ਗੇਟ ਅਸੀਂ ਬਹੁਤ ਖੜਕਾ ਲਿਆ ਕੋਈ ਵੀ ਵਿਅਕਤੀ ਬਾਹਰ ਨਹੀਂ ਆ ਰਿਹਾ ਤਾਂ ਹੁਣ ਫੋਨ ਕਰਕੇ ਦੇਖਦੇ ਹਾਂ ਫੋਨ ਜਿਹੜਾ ਬਿਜ਼ੀ ਆ ਰਿਹਾ ਦੁਬਾਰਾ ਮਿਲਾਉਂਦੇ ਹਾਂ ਜੀ ਫੋਨ ਤਾਂ ਨੰਬਰ ਜਿਹੜਾ ਸਵਿਚ ਆਫ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਸਵਿਚ ਆਫ ਕਰ ਦਿੱਤਾ ਗਿਆ ਤੇ ਸਾਰਾ ਮਾਮਲਾ ਜਦੋਂ ਇੱਕ ਜਿਹੜੇ ਸੋਸ਼ਲ ਵਰਕਰ ਨੇ ਪਾਲ ਗਿੱਲ ਹੋਣੀ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤਾਂ ਉਹ ਇਹਨਾਂ ਦੀ ਜਿਹੜੀ ਹੈਲਪ ਕਰਨ ਵਾਸਤੇ ਇਸ ਪਰਿਵਾਰ ਦੇ ਨਾਲ ਖੜੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਜਿਹੜੀ ਬਣਦੀ ਹੈ ਇਹ ਜੀ ਮਸਲਾ ਇਹ ਹੈ ਵੀ ਜਿਹੜਾ ਅਸ਼ੋਕ ਕੁਮਾਰ ਆ ਤੇਰੀ ਵਾਈਫ ਇਹਨਾਂ ਦੇ ਪਵਨ ਕੁਮਾਰ ਦੇ ਘਰੇ ਪਿਛਲੇ ਕਈ ਸਾਲਾਂ ਤੋਂ ਕੰਮ ਕਰਦੇ ਆ ਸਫਾਈ ਵਗੈਰਾ ਦਾ ਇਹ ਸਵੇਰੇ ਆਉਂਦੇ ਆ ਸ਼ਾਮ ਨੂੰ ਆਪਣੇ ਘਰੇ ਚੱਲੇ ਜਾਂਦੇ ਆ ਪਹਿਲਾਂ ਇਹ ਪਵਨ ਕੁਮਾਰ ਆਪਣੀ ਫੈਮਿਲੀ ਨਾਲ ਆਉਂਦਾ ਹੁੰਦਾ ਸੀ ਹੁਣ ਇਸ ਵਾਰੀ ਇਹ ਇਕੱਲਾ ਆਇਆ ਅਮੈਰੀਕਾ ਤੋਂ ਇਹ ਸਿਟੀਜ਼ਨ
ਉਹ ਕੀ ਹੋਇਆ ਇਸ ਵਾਰੀ ਇਕੱਲਾ ਆਇਆ, ਇਕੱਲੇ ਆਉਣ ਕਰਕੇ ਇਹਨੇ ਅਸ਼ੋਕ ਕੁਮਾਰ ਦੀ ਵਾਈਫ ਨਾਲ ਕੋਈ ਗੱਲਬਾਤ ਕਰਕੇ ਉਹਨੂੰ ਮਤਲਬ ਪਠੇਰਾ ਪਾ ਲਿਆ। ਚਲੋ ਅਸ਼ੋਕ ਕੁਮਾਰ ਨੂੰ ਸ਼ੱਕ ਪੈ ਗਈ, ਉਹਨਾਂ ਨੇ ਕੀ ਕੀਤਾ ਆਪਣਾ ਮੋਬਾਈਲ ਵੀਡੀਓ ਔਨ ਕਰਕੇ ਕਿਚਨ ਦੇ ਵਿੱਚ ਲਗਾਤਾ ਅਸ਼ੋਕ ਕੁਮਾਰ ਨੇ। ਜਦੋਂ ਕਿਚਨ 'ਚ ਲਗਾਤਾ ਅਤੇ ਉਹਨਾਂ ਨੇ ਇਹਨੂੰ ਜਿਹੜਾ ਪਵਨ ਕੁਮਾਰ ਆ ਉਹਦੀ ਵਾਈਫ ਨੂੰ ਕਿਹਾ ਵੀ ਆ 500 ਰੁਪਏ ਲੈ ਲਾ। 500 ਰੁਪਏ ਲੈ ਕੇ ਅਤੇ ਪਵਨ ਕੁਮਾਰ ਕਿਹਾ ਵੀ ਇਹਨੂੰ ਅਸ਼ੋਕ ਨੂੰ ਕਿਤੇ ਸਮਾਨ ਲੈਣ ਭੇਜ ਦੇ। ਅੱਛਾ। ਉਹਦੀ ਵਾਈਫ ਨੇ 500 ਰੁਪਏ ਅਸ਼ੋਕ ਕੁਮਾਰ ਨੂੰ ਦੇ ਕੇ ਉਹਨੂੰ ਸਮਾਨ ਲੈਣ ਭੇਜ ਦਿੱਤਾ। ਅਤੇ ਉਸ ਤੋਂ ਬਾਅਦ ਮੋਬਾਈਲ ਲੱਗਿਆ ਸੀ, ਵੀਡੀਓ ਚੱਲ ਰਹੀ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਚਨ ਦੀ ਲਾਈਟ ਬੰਦ ਕੀਤੀ ਅਤੇ ਅਸ਼ਲੀਲ ਹਰਕਤਾਂ ਕਰਦੇ ਪਏ ਸੀ ਵੀਡੀਓ ਦੇ ਵਿੱਚ। ਸਾਡੇ ਕੋਲ 25 ਮਿੰਟ ਦੀ ਕਲਿੱਪ ਆ। ਉਸ ਤੋਂ ਬਾਅਦ ਇਹ ਵੀਡੀਓ ਪੁਲਿਸ ਕੋਲ ਨਹੀਂ ਜਿਹੜੀ ਦਿਖਾਈ? ਪੁਲਿਸ ਕੋਲ ਅਸੀਂ ਰਿਪੋਰਟ ਵੀ ਲਿਖਾਈ ਹੈ ਜੀ, ਵੀਡੀਓ ਵੀ ਦਿਖਾਈ ਹੈ। ਡਿਵੀਜ਼ਨ ਨੰਬਰ 7 ਠੀਕ ਹੈ, ਪਰ ਉੱਥੇ ਕੋਈ ਸੁਣਵਾਈ ਨਹੀਂ ਹੋਈ। ਮਜਬੂਰ ਹੋ ਕੇ ਸਾਨੂੰ ਇੱਥੇ ਫਿਰ ਧਰਨਾ ਲਾਉਣਾ ਪਿਆ। ਕਿੰਨੇ ਦਿਨ ਹੋ ਗਏ ਕੰਪਲੇਂਟ ਕੀਤੀ? ਕੰਪਲੇਂਟ ਕੀਤੀ ਨੂੰ 2 ਦਿਨ ਹੋ ਗਏ ਜੀ, ਅਤੇ ਲੇਡੀਜ਼ ਨੂੰ ਅੰਦਰ ਇਹਨੂੰ ਰੱਖੇ ਹੋ ਗਏ ਨੀਅਰ ਅਬਾਊਟ 10 ਦਿਨ ਹੋ ਗਏ। ਜ਼ਰੂਰਤਾਂ ਨੇ ਕੋਈ ਸਬਜ਼ੀ ਭਾਜੀ ਜਾਂ ਹੋਰ ਸਮਾਨ ਖਾਣ ਪੀਣ ਵਾਲਾ ਤਾਂ ਕਿੱਦਾਂ ਫਿਰ ਬਾਹਰ ਨਿਕਲਦੇ ਨੀ? ਨਹੀਂ ਨਿਕਲ ਨਹੀਂ ਰਹੇ, ਨਿਕਲਦੇ ਆ। ਗੱਡੀ ਉਹਨਾਂ ਦੀ ਬਾਹਰ ਖੜੀ ਹੈ, ਉਹ ਅੰਦਰ ਹੀ ਨੇ। ਇਹ ਕਾਰ ਉਹਨਾਂ ਦੀ ਹੈ, ਇਹ ਕਾਰ ਉਹਨਾਂ ਦੀ ਆ। ਉਸ ਵਿੱਚ ਸਮਾਨ ਵੀ ਪਿਆ, ਵਿੱਚ ਸਮਾਨ ਵਗੈਰਾ, ਦਾਲ ਵਗੈਰਾ ਪਈ ਆ, ਸਭ ਕੁਝ ਵਿੱਚ ਪਿਆ। ਤਾਂ ਦਿਖਾ ਦਿਓ ਜੀ ਇੱਕ ਵਾਰ। ਕਾਰ ਵੀ ਦੱਸੀ ਜਾ ਰਹੀ ਹੈ ਕਿ ਅਸੀਂ ਉਹ NRI ਦੀ ਹੈ, ਬਿਲਕੁਲ ਦਾਲਾਂ ਦੂਲਾਂ ਵਿੱਚ ਹੀ ਪਈਆਂ ਨੇ। ਤਾਂ ਕਹਿ ਰਹੇ ਨੇ ਕਿ ਪੁਲਿਸ ਦਾ ਵੀ ਜਿਹੜਾ ਫੋਨ ਨਹੀਂ ਚੱਕ ਰਹੇ। ਅਤੇ ਗਿੱਲ ਸਾਹਿਬ, ਹੁਣ ਇਹ ਧਰਨਾ ਜਿਹੜਾ ਤੁਹਾਡਾ ਵੀ ਸਾਥ ਆ, ਹੁਣ ਇਹਨਾਂ ਨੂੰ ਧਰਨਾ ਕਦੋਂ ਤੱਕ ਰਹੂਗਾ ਜੀ? ਇਹ ਜਦੋਂ ਤੱਕ ਜੀ ਸਾਡੇ ਭਰਾ ਨੂੰ, ਗਰੀਬ ਇਨਸਾਨ ਨੂੰ ਇਨਸਾਫ਼ ਨਹੀਂ ਮਿਲਦਾ, ਉਨੀ ਦੇਰ ਅਨਮਿਤ ਸਮੇਂ ਤੱਕ ਇਹ ਅਸੀਂ ਧਰਨਾ ਚੱਕਾਂਗੇ ਨਹੀਂ। ਹਾਂਜੀ, ਪੁਲਿਸ ਆ ਰਹੀ ਹੈ ਜੀ ਮੌਕੇ 'ਤੇ। ਪੁਲਿਸ ਅਸੀਂ 112 ਨੰਬਰ 'ਤੇ ਕੰਪਲੇਂਟ ਕਰਵਾਈ ਹੈ, ਉਹ ਆ ਰਹੇ ਨੇ। ਫਿਰ ਆਉਣ ਤੋਂ ਬਾਅਦ ਦੇਖਦੇ ਹਾਂ ਕਿ ਪੁਲਿਸ ਸਾਡੇ ਨਾਲ ਕੀ ਮਤਲਬ ਸਾਡੀ ਮਦਦ ਕਰਦੀ ਹੈ। ਅਤੇ ਕੋਈ ਮਤਲਬ ਕਿ ਤੁਸੀਂ ਕਹਿ ਰਹੇ ਹੋ ਜੀ ਕੋਈ ਮਦਦ ਨਹੀਂ, ਜੀਰੋ ਰਿਜ਼ਲਟ ਆ। 112 'ਤੇ ਹੁਣ ਤੁਸੀਂ ਕਾਲ ਕੀਤੀ ਹੈ? 112 'ਤੇ ਹਾਂਜੀ, ਉਹਨਾਂ ਦੇ ਹਸਬੈਂਡ ਤੋਂ ਕਾਲ ਕਰਾਈ ਹੈ ਅਤੇ ਉਹਨਾਂ ਨੇ ਫਿਰ ਕੰਟਰੋਲ ਰੂਮ ਵਾਲਿਆਂ ਨੇ ਕਿਹਾ ਵੀ ਥੋੜ੍ਹੀ ਦੇਰ ਵੇਟ ਕਰੋ, 10-15 ਮਿੰਟ ਦੇ ਵਿੱਚ ਅਸੀਂ ਪੁਲਿਸ ਭੇਜ ਦੇ। ਠੀਕ ਹੈ ਗੱਲ ਸਾਹਿਬ, ਧੰਨਵਾਦ ਜੀ, ਤੁਸੀਂ ਖੜ੍ਹੇ ਹੋ ਇਸ ਪਰਿਵਾਰ ਦੇ ਨਾਲ। ਅਤੇ ਹੁਣ ਪੁਲਿਸ ਨੂੰ ਜਿਹੜਾ ਸੂਚਿਤ ਕਰ ਦਿੱਤਾ ਗਿਆ 112 ਦੇ ਉੱਪਰ ਜਿਹੜੀ ਹੈ, ਅਤੇ ਕੰਟਰੋਲ ਰੂਮ ਦੇ ਉੱਪਰ, ਅਤੇ ਕਹਿ ਰਹੇ ਨੇ ਕਿ 10-15 ਮਿੰਟ ਦਾ ਜਿਹੜਾ ਟਾਈਮ ਦਿੱਤਾ, ਤਾਂ ਵੇਟ ਕਰਦੇ ਹਾਂ ਅਸੀਂ ਵੀ, ਤਾਂ ਦੇਖਦੇ ਹਾਂ ਜੋ ਮੁਲਾਜ਼ਮ ਆਉਂਦੇ ਨੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਆ, ਅੰਦਰ ਵੜਿਆ ਜਾਂਦਾ ਕੋਠੀ ਦੇ ਜਾਂ ਉਹ ਆਪ ਹੀ ਆ ਜਾਂਦੇ ਆ ਬਾਹਰ, ਤਾਂ ਕੀ ਮਾਮਲਾ ਹੁੰਦਾ ਸਾਰਾ, ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। 112 'ਤੇ ਕਾਲ ਕੀਤੀ ਸੀ ਤਾਂ ਮੌਕੇ 'ਤੇ PCR ਅਧਿਕਾਰੀ ਆਏ ਨੇ, ਤਾਂ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਚੱਲ ਰਹੀ ਆ, ਤਾਂ ਦੇਖਦੇ ਹਾਂ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਜਿਹੜੀ ਅਮਲ 'ਚ ਲਿਆਉਂਦੀ ਜਾਂਦੀ ਹੈ। ਜੀ ਸਰ, ਮੌਕੇ 'ਤੇ ਪਹੁੰਚੇ ਹੋ ਤੁਸੀਂ, ਇੱਕ ਸ਼ਖਸ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਕਿ ਮੇਰੀ ਪਤਨੀ ਦੇ NRI ਨਾਲ ਨਜਾਇਜ਼ ਸੰਬੰਧ ਨੇ ਜੀ, ਕੋਈ ਵੀਡੀਓ ਵੀ ਕਹਿ ਰਿਹਾ ਕਿ ਮੈਂ ਬਣਾਈ ਹੈ ਜੀ? ਨਹੀਂ, ਆਪਣੇ ਕੋਈ ਵੀਡੀਓ ਕੋਈ ਆਈ ਨਹੀਂ ਸਾਹਮਣੇ, ਤੁਹਾਡੇ ਸਾਹਮਣੇ ਸਾਰੀ ਗੱਲ ਹੋਈ ਹੈ। ਆਪਾਂ ਨੂੰ ਪੁੱਛਿਆ ਵੀ ਹੈ, ਉਹ ਤੋਂ ਕਹਿ ਰਹੀ ਵੀ ਉਹ ਤਾਂ ਚਲੇ ਗਏ, NRI ਤਾਂ ਹੈ ਨਹੀਂ ਸੀ। ਜੋ ਇਹਨੇ ਬੰਦੀ ਵਾਲੀ ਗੱਲ ਕਹੀ ਉਹ ਗਲਤ ਹੈ, ਤੁਹਾਡੇ ਸਾਹਮਣੇ ਹੀ ਲੜਕੀ ਨੇ ਆਪ ਦਰਵਾਜ਼ਾ ਖੋਲਿਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹਦਾ ਤਫਸੀਲ ਥਾਣੇ ਚੈੱਕ ਕਰਾਂਗੇ, ਠੀਕ ਹੈ? ਜੋ ਵੀ ਸਾਰਾ ਕੁਝ ਕਰਦੀ ਇਹਨਾਂ ਦੇ, ਕੋਈ ਵੀ ਨੀ ਹੈਗੇ ਇੱਥੇ। ਤੁਸੀਂ ਕੀ ਚਾਹੁੰਦੇ ਹੈਗੇ?
ਮੈਂ ਇਹੀ ਚਾਹੁੰਦੀ ਹਾਂ, ਮੇਰੀ ਇੰਨੀ ਬੇਇੱਜ਼ਤੀ ਕਰਦੀ, ਮੈਂ ਇਹਨਾਂ ਨਾਲ ਹੁਣ ਰਹਿਣਾ ਨਹੀਂ। ਬਿਮਾਰ ਹੋ ਗਈ ਤਾਂ ਕੌਣ ਸੰਭੂਗਾ, ਬਸ ਇਹੀ ਗੱਲ ਸੀ। ਕੋਈ ਵੀ ਵੀਡੀਓ ਨੀ ਹੈ, ਮੈਨੂੰ ਬਦਨਾਮ ਕਰੀ ਜਾਂਦੇ ਆ। ਤੁਸੀਂ ਜਾਓ, ਜੋ ਵੀ ਬਣਦੀ ਕਾਰਵਾਈ ਪੁਲਿਸ ਵੱਲੋਂ ਉਹ ਜਿਹੜੀ ਕਰ ਦਿੱਤੀ ਜਾਏ। ਤੁਸੀਂ ਦੇਖ ਸਕਦੇ ਹੋ ਕਿ ਕਿਹਾ ਗਿਆ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਗੱਲ ਨਹੀਂ ਹੈਗੀ ਹੈ। ਜੋ NRI ਵਿਅਕਤੀ ਪਵਨ ਕੁਮਾਰ ਜਿਸ ਦੇ ਉੱਪਰ ਇਹ ਆਰੋਪ ਸੀ, ਉਹ ਕਹਿ ਰਹੇ ਨੇ ਕਿ ਉਹ ਰਾਤ ਦੀ ਫਲਾਈਟ ਸੀ, ਉਹ ਚਲੇ ਗਏ ਹੈਗੇ ਆ। ਔਰ ਹੁਣ ਜਿਹੜੇ ਆ ਡਿਵੀਜ਼ਨ ਨੰਬਰ 7 ਤੋਂ ਜੋ ਪੁਲਿਸ ਮੁਲਾਜ਼ਮ ਆਏ ਸੀਗੇ, ਉਹਨਾਂ ਨੇ ਆ ਕੇ ਜਿਹੜਾ ਤਾਲਾ ਖੁਲਵਾਇਆ ਔਰ ਔਰਤ ਨੂੰ ਜਿਹੜਾ ਹੁਣ ਬਾਹਰ ਕੱਢਿਆ, ਔਰਤ ਨੂੰ ਔਰ ਅਸ਼ੋਕ ਕੁਮਾਰ ਨੂੰ, ਦੋਨਾਂ ਨੂੰ ਜਿਹੜਾ ਪੁਲਿਸ ਵੱਲੋਂ ਜਿਹੜਾ ਥਾਣੇ ਬੁਲਾ ਲਿਆ ਗਿਆ ਹੈਗਾ। ਔਰ ਇਸ ਔਰਤ ਦਾ ਇਹ ਵੀ ਦਾਅਵਾ ਹੈ ਕਿ ਜਿਹੜੀ ਵੀਡੀਓ ਹੈ, ਅਗਰ ਉਸ ਦੇ ਵਿੱਚ ਕੁਝ ਗਲਤ ਪਾਇਆ ਜਾਂਦਾ ਹੈਗਾ ਤਾਂ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ। ਪਰ ਮੈਂ ਇਸ ਸ਼ਖਸ ਦੇ ਨਾਲ ਜਿਹੜਾ ਹੁਣ ਨਹੀਂ ਰਹਿਣਾ ਚਾਹੁੰਦੀ, ਜੋ ਮੇਰੇ ਉੱਪਰ ਯਕੀਨ ਨਹੀਂ ਕਰਦਾ। ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੁਲਿਸ ਵੱਲੋਂ ਜਿਹੜੀ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ। ਕੈਮਰਾ ਪਰਸਨ ਸੰਜੇ ਸੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ, ਲੁਧਿਆਣਾ ਲਾਈਵ।